ਹੈਲੋ, ਮੇਰਾ ਨਾਮ ਚੌਧਰੀ ਰਜਿੰਦਰ ਮਿੱਜਰ ਹੈਗਾ ਤੇ ਮੈਂ ਪੰਗੋਲੀ ਮਿੱਜਰਾਂ ਦਾ ਜੱਟ ਹੈਗਾ। ਜਿੰਨਾ ਚਿਰ ਤੁਸੀਂ ਕੱਚੇ ਪਿਓ ਦੇ ਨਹੀਂ ਬੋਲਦੇ, ਉਹਨਾਂ ਚਿਰ ਤੁਹਾਨੂੰ ਪੱਕੇ ਪਿਓ ਦੀ ਸੁਰਤੀ ਨਹੀਂ ਆਉਂਦੀ। ਇਹਨੂੰ ਕਹਿੰਦੇ ਬ੍ਰਹਮ ਕੇ ਬੇਟੇ ਸ਼ਬਦ ਪਛਾਤਾ। ਆਹ ਜਿਹੜਾ ਹੈਗਾ ਇਹ ਬ੍ਰਹਮ ਦਾ ਪੈਦਾ ਕੀਤਾ ਹੋਇਆ, ਜਿਹੜੀ ਆਪਣੀ ਚ ਰੂਹ ਹੈਗੀ ਉਹ ਪਾਰ ਬ੍ਰਹਮ ਦੀ ਹੈਗੀ। ਆਪ ਬ੍ਰਹਮ ਨੂੰ ਕਹਿੰਦੇ ਨੇ ਐਲੋਹੀਮ, ਅੱਲਾਹ ਵੀ ਕਹਿੰਦੇ ਨੇ ਉਹਨੂੰ। ਜਿਹੜਾ ਹਰਫ ਅੱਲਾ ਹੈਗਾ ਨਾ, ਇਲਾ ਤੋਂ ਬਣਿਆ। ਮੇਰਾ ਇਲਾ ਜਿਹੜਾ ਹੈਗਾ ਜੱਟ ਹੈਗਾ, ਕੱਚੀ ਇੱਟ ਜਿਹੜੀ ਹੈਗੀ ਮੇਰੀ ਜੱਟ ਹੈਗੀ। ਇਹਨੂੰ ਅੱਲਾ ਦੇ ਕਲਾਮ ਵਿੱਚ ਭੱਠੀ ਚ ਜਦੋਂ ਪਾਓਗੇ ਨਾ, ਉਦੋਂ ਪੱਕੀ ਇੱਟ ਬਣਦੀ ਹੈਗੀ। ਪੱਕੀ ਇੱਟ ਮੁਸਲਮਾਨ ਹੁੰਦੀ ਹੈਗੀ, ਕੱਚੀ ਇੱਟ ਨਹੀਂ ਮੁਸਲਮਾਨ ਹੁੰਦੀ। ਕੱਚਾ ਇਮਾਨ ਹੁੰਦਾ ਗਾ ਉਹ, ਪੱਕਾ ਇਮਾਨ ਉਹਦਾ ਕਲਾਮ ਨਾ ਹੁੰਦਾ ਹੈਗਾ। ਕਲਾਮ ਉਹਦਾ ਜਿਹੜਾ ਮਿਲਦਾ ਹੈਗਾ ਆਦਮੀ ਨੂੰ, ਮਿਲਦਾ ਇਕੱਲੇ ਨੂੰ, ਨਿਆਰੇ ਨੂੰ। ਉਹ ਕਲਾਮ ਜਿਹੜਾ ਹਰ ਇੱਕ ਲਈ ਨਹੀਂ ਹੈਗਾ, ਅੱਲਾ ਦਿੰਦਾ ਜਿਹਦੇ ਜੋ ਮਿਹਰ ਕਰੇ ਉਹਨੂੰ ਦਿੰਦਾ ਹੈਗਾ। ਇਸ ਕਰਕੇ ਕਲਾਮ ਜਿਹੜਾ ਹੈਗਾ ਤੁਸੀਂ ਯੂਨੀਵਰਸਿਟੀਆਂ ਚ ਨਹੀਂ ਪੜ੍ਹਾ ਸਕਦੇ। ਜਿਹੜੇ ਯੂਨੀਵਰਸਿਟੀਆਂ ਚ ਪੜ੍ਹਾਉਂਦੇ ਇਹ ਤਾਂ ਹੈਗੇ ਨੇ, ਇਹਨੂੰ ਕਹਿੰਦੇ ਡੈਡ ਲੈਟਰਸ, ਡੈਡ ਮਰੇ ਹੋਏ ਲੈਟਰ। ਇਹਨਾਂ ਨੂੰ ਸੁਰਤੀ ਨਹੀਂ ਹੈਗੀ ਵੀ ਇਹਦਾ ਮਤਲਬ ਕੀ ਹੈਗਾ, ਇਹਦਾ ਮੁੱਢ ਕੀ ਹੈਗਾ। ਇਹਦਾ ਇਹਨਾਂ ਨੂੰ ਦੇਖਣ, ਇਹਨਾਂ ਦੀ ਪ੍ਰਤੀਖਿਆ ਕਰਨੀ ਨਾ, ਜੇ ਤੁਸੀਂ ਇਮਤਿਹਾਨ ਲੈਣਾ ਨਾ ਇਹਨਾਂ ਦਾ, ਇਹਨਾਂ ਨੂੰ ਪੁੱਛੋ ਵੀ ਜਿਹੜਾ ਅੱਲਾ ਹੈਗਾ, ਅੱਲਾ ਨੂੰ ਅੱਲਾ ਕਿਉਂ ਕਹਿੰਦੇ ਨੇ? ਜਾਂ ਜਿਹੜੇ ਹੈਗੇ ਕ੍ਰਿਸਚੀਅਨ ਹੈਗੇ ਨੇ, ਇਹਨਾਂ ਨੂੰ ਕਹੋ ਵੀ ਜਿਹੜਾ ਜੀਜੇ ਦਾ ਨਾਂ ਯਸ਼ਵਾ ਹੈਗਾ, ਇਹ ਯਸ਼ਵਾ ਕਿਉਂ ਹੈਗਾ? ਨਾਂ ਕਿਉਂ ਉਹਦਾ ਨਾਂ ਯਸ਼ਵਾ ਪਾਇਆ ਸੀਗਾ? ਕਿਸੇ ਨੂੰ ਨਹੀਂ ਪਤਾ, ਕਿਉਂਕਿ ਕਿਤਾਬਾਂ ਪੜ੍ਹਦੇ ਨਾ, ਕਿਤਾਬਾਂ 'ਚ ਲਿਖਿਆ ਹੋਇਆ ਤਾਂ ਦੱਸਣਗੇ, ਜੇ ਉਹ ਲਿਖਿਆ ਹੀ ਨਹੀਂ ਹੋਇਆ ਤਾਂ ਫਿਰ ਦੱਸਣਗੇ ਕਿ ਇਹ ਸਾਰਾ ਇੱਥੇ ਮਿਲਦਾ ਅੰਦਰੋਂ। ਗਿਆਨੀ ਉਹ ਜੋ ਆਪ ਵਿਚਾਰੇ, ਇਹ ਗਿਆਨੀਆਂ ਦਾ ਗਿਆਨ ਹੈਗਾ। ਇਹ ਜਿਹੜੇ ਹੈਗੇ ਯੂਨੀਵਰਸਿਟੀਆਂ 'ਚ ਪੜ੍ਹ ਲੈਂਦੇ ਨੇ ਕਿਤਾਬਾਂ ਕਿਤੁਬਾਂ, ਗਿਆਨੀ ਨਹੀਂ ਹੈਗੇ। ਇਹਨਾਂ ਨੂੰ ਕਹੀਦਾ ਸੁਪਰ ਡੋਂਕੀ ਕੈਰਿੰਗ ਹੋਲੀ ਬੁੱਕ, ਇਹ ਕਿਤਾਬਾਂ ਚੱਕੀ ਫਿਰਦੇ ਗਧੇ ਹੈਗੇ ਨੇ, ਤੇ ਗਧੇ ਹੈਗੇ ਨੇ, ਗਧਿਆਂ ਦੀ ਗੱਲ ਗਧੇ ਹੀ ਜਾਣਦੇ ਨੇ। ਇਸ ਕਰਕੇ ਇਹ ਜਦੋਂ ਡਿਬੇਟ ਕਰਦੇ ਨੇ ਇੱਕ ਦੂਜੇ ਨਾਲ, ਉਹ ਗਧੇ ਗਧੇ ਬੋਲਦੇ ਨੇ। ਜਦੋਂ ਮੇਰੇ ਵਰਗਾ ਆਦਮੀ ਚਲੇ ਜਾਂਦਾ ਉੱਥੇ, ਉਹਨਾਂ ਨੂੰ ਪੁੱਛਦਾ ਵੀ ਆਹ ਜਦੋਂ ਬੋਲਿਆ ਤੁਸੀਂ ਅੱਲਾ ਹਰਫ, ਇਹਦਾ ਓਰੀਜਨ ਦੱਸੋ, ਇਹਦਾ ਮਤਲਬ ਕੀ ਹੈਗਾ, ਕਿੱਥੋਂ ਪੈਦਾ, ਅੱਲਾ ਕਿੱਥੋਂ ਨਿਕਲਿਆਗਾ? ਕੁਛ ਨਹੀਂ ਆਉਂਦਾ ਉਹਨਾਂ ਨੂੰ। ਉਹ ਫਿਰ ਖਿੱਚ ਕੇ ਕਹਿੰਦੇ ਤੂੰ ਨਿਕਲ ਜਾ ਇੱਥੇ। ਇਹਦੇ ਆਕਸਫੋਰਡ ਯੂਨੀਵਰਸਿਟੀ 'ਚ ਹੈਗਾ ਕ੍ਰਿਸਚੀਅਨ ਮੁਸਲਿਮ ਸੈਮੀਨਾਰ ਜਾਂ ਉਹ ਹੈਗੀ ਸਟੱਡੀ CMS, ਅਤੇ ਮੈਂ ਅਟੈਂਡ ਕਰਦਾ ਸੀ ਇਹਨਾਂ ਦੇ। ਤਾਂ ਇਹਨਾਂ ਨੂੰ ਜਦੋਂ ਸਵਾਲ ਪੁੱਛਣਾ ਜਿਹੜਾ ਬੇਸਿਕ, ਅਤੇ ਕਹਿੰਦੇ ਤੂੰ ਸਵਾਲ ਉਹ ਨਹੀਂ ਪੁੱਛਦਾ ਜਿਹੜੇ ਅਸੀਂ ਬੋਲਦੇ ਹੈਗੇ ਹਾਂ, ਯਾਨੀ ਜਿਹੜੀ ਜ਼ਬਾਨ ਜਾਂ ਬੋਲੀ ਉਹ ਬੋਲਦੇ ਨੇ, ਤੂੰ ਉਹ ਨਹੀਂ ਬੋਲਦਾ। ਉਹ ਕੂੜ ਬੋਲਦੇ ਤਾਂ ਮੈਂ ਕੂੜ ਕਿੱਦਾਂ ਬੋਲਾਂ? ਜਦੋਂ ਮੈਂ ਸੱਚ ਬੋਲਦਾ ਨਾ ਵੀ ਆਹ ਜਿਹੜਾ ਹਰਫ ਤੁਸੀਂ ਗਲਤ ਕਹਿ ਰਹੇ ਹੈਗੇ ਆ, ਅਤੇ ਫਿਰ ਉਹ ਗੁੱਸਾ ਬਣਾਉਂਦੇ ਅਤੇ ਉਹ ਕਹਿੰਦੇ ਵੀ ਤੂੰ ਆਇਆ ਨਾ ਕਰ। ਇਹ ਹੈਗਾ ਆਕਸਫੋਰਡ ਯੂਨੀਵਰਸਿਟੀ, ਇਹ ਰਿਸਰਚ ਥੋੜ੍ਹੀ ਹੈਗੀ। ਇਹ ਤਾਂ ਲੋਕਾਂ ਨੂੰ ਅੰਨੇ ਬਣਾਉਂਦੇ ਨੇ। ਇਸ ਕਰਕੇ ਯੂਨੀਵਰਸਿਟੀ ਦੇ ਪ੍ਰੋਫੈਸਰ ਵਗੈਰਾ ਨੇ ਉਹਨਾਂ ਨੂੰ ਇਹ ਨਾ ਸੋਚਾਰੋ ਵੀ ਉਹ ਜਾਣਦੇ ਨੇ, ਉਹ ਗਧੇ ਹੈਗੇ ਨੇ, ਪੁੱਥੀਆਂ ਚੱਕੀ ਫਿਰਦੇ। ਪੁੱਥੀ ਜਿਹੜਾ ਲਿਖਿਆ ਹੋਇਆ ਨਾ, ਉਹੀ ਉਹ ਇੱਕ ਦੂਜੇ ਨਾਲ ਬਹਿਸ ਕਰਦੇ ਨੇ। ਜਿਹੜਾ ਨਹੀਂ ਲਿਖਿਆ ਹੋਇਆ ਨਾ, ਉਹ ਨਹੀਂ ਉਹਨਾਂ ਨੂੰ ਪਤਾ। ਅਤੇ ਇਸ ਕਰਕੇ ਇਹ ਜਿਹੜਾ ਪਹਿਲਾ ਸਤਿਗੁਰੂ ਦੁਨੀਆਂ 'ਚ ਜੀਜੇ ਆਇਆ ਸੀ, ਜੀਜੇ ਸਤਿਗੁਰੂ ਨੂੰ ਕ੍ਰਾਈਸਟ ਕਹੀਦਾ ਹੈਗਾ। ਨਾਨਕ ਸਤਿਗੁਰੂ ਸੀਗਾ, ਗੁਰੂ ਨਹੀਂ ਸੀਗਾ। ਗੁਰੂ ਹੁੰਦਾ ਮਾਤਾ ਪਿਤਾ ਅਤੇ ਪੰਡਿਤ, ਉਹ ਮੋਰਲ ਸਿਕਸ਼ਾ ਦਿੰਦੇ ਨੇ ਤਨ ਨੂੰ। ਜਿਹੜਾ ਮਨ ਨੂੰ ਸਿਕਸ਼ਾ ਦੇਵੇ ਉਹਨੂੰ ਕਹੀਦਾ ਸਤਿਗੁਰੂ। ਇਹ ਮਨ ਦਾ ਗੁਰੂ ਸੀਗਾ ਨਾਨਕ ਸਤਿਗੁਰੂ। ਇਹਨੂੰ ਜੇ ਗੁਰੂ ਕਹੋਗੇ ਨਾ, ਇਹਦੀ ਬੇਅਦਬੀ ਹੋਗੀ। ਗੁਰੂ ਤੋਂ ਉੱਪਰ ਹੁੰਦਾ ਇੱਕ ਸੱਚੇ ਪਾਤਸ਼ਾਹ, ਜਿਹੜਾ ਹਰ ਗੁਰੇਜ ਦੇ ਪਹਿਲੇ ਸੱਚੇ ਪਾਤਸ਼ਾਹ ਸਨ, ਅਤੇ ਹਰ ਰਾਏ, ਹਰ ਕ੍ਰਿਸ਼ਨ ਅਤੇ ਗੋਬਿੰਦ ਰਾਏ, ਇਹ
ਸੱਚੇ ਪਾਤਸ਼ਾਹ ਦਾ ਖਿਆਲ, ਚਾਰ ਸੱਚੇ ਪਾਤਸ਼ਾਹ, ਚੌਂ ਵਰਨਾ ਦੇ ਹਿਸਾਬ ਨਾਲ, ਛੇ ਘਰ ਛੇ ਉਪਦੇਸ਼, ਜਿਹੜਾ ਹੈਗਾ ਨਾ ਆਪਣੇ ਜੇ ਘਰ ਹੈਗੇ ਨੇ ਛੇ ਹੈਗੇ ਨਾ, ਜੇ ਮਨੋਹਰਾ ਜਿਹੜਾ ਹੈਗਾ ਇਹਦੇ ਇਹਨਾਂ ਨੂੰ ਸਿੱਖਿਆ ਦੀ ਲੋੜ ਵੀ, ਛੇ ਘਰ ਛੇ ਉਪਦੇਸ਼ ਤੇ ਛੇ ਸਤਿਗੁਰੂ ਹੋਏ ਨੇ, ਪੰਜ ਤਾਈ ਤਾਂ ਹੋਏ ਨਾ ਅਰਜਨ, ਛੇਵਾਂ ਜਿਹੜਾ ਸੀ ਅਖੀਰ ਨਾ ਉਹ ਸਤਿਗੁਰੂ ਤੇਗ ਬਹਾਦਰ ਜੀ ਸੀਗਾ, ਤੇ ਚਾਰ ਸੱਚੇ ਪਾਤਸ਼ਾਹ ਹੋਏ ਨੇ। ਇਹ ਸਾਰੀ ਜਿਹੜੀ ਸਿੱਖੀ ਹੈਗੀ ਇਹ ਕਿਤਾਬਾਂ ਚ ਨਹੀਂ ਮਿਲਦੀ, ਇਹ ਸਾਰੀ ਤੁਹਾਨੂੰ ਆਪ ਢੂੰਡਣੀ ਪੈਂਦੀ ਹੈਗੀ, ਜੇ ਇੰਟਰਸਟ ਹੋਏਗਾ ਤਾਂ ਤੁਹਾਨੂੰ ਮਿਲੇਗੀ, ਜੇ ਨਹੀਂ ਇੰਟਰਸਟ ਹੈਗਾ ਤਾਂ ਨਹੀਂ ਮਿਲਦੀ। ਤੇ ਮੇਰੇ ਫਾਦਰ ਇਹ ਜਾਣਦੇ ਸੀਗੇ ਨੌਲੇਜ, ਤੇ ਜਦੋਂ ਉਹ ਗੁਜ਼ਰੇ ਸਨ ਤੇ ਮੈਂ ਉਹਨਾਂ ਦੇ ਫਿਰ ਕਿਤਾਬਾਂ ਲਿਖੀਆਂ ਹੁੰਦੀਆਂ ਸੀ ਉਹ ਪੜ੍ਹਦਾ ਸੀਗਾ, ਪੜ੍ਹ ਕੇ ਮੈਂ ਉਹਨਾਂ ਦੀ ਯਾਦ ਵਿੱਚ ਲਿਖਿਆ ਸੀਗਾ, ਪਹਿਲਾਂ ਤਾਂ ਆਪਣੇ ਇੰਡੀਅਨ ਐਸਪੈਕਟ ਨਾਲ, ਫਿਰ ਦੂਜੇ ਸਾਲ ਜਦੋਂ ਹੋਇਆ ਉਦੋਂ ਮੈਂ ਕਿਹਾ ਕੋਈ ਜਵਾਬ ਨਹੀਂ ਆਇਆ ਕੁਛ ਨਹੀਂ, ਚਲੋ ਬਾਈਬਲ ਪੜ੍ਹੀਏ, ਬਾਈਬਲ ਪੜ੍ਹੀ ਤਾਂ ਉਹਦੇ 'ਚ ਨਿਊ ਟੈਸਟਾਮੈਂਟ ਜਿਹੜਾ ਉਹੀ ਹੈਗਾ ਜਿਹੜਾ ਸਤਿਗੁਰੂ ਨਾਨਕ ਨੇ ਉਪਦੇਸ਼ ਦਿੱਤਾ ਹੈਗਾ, ਅਤੇ ਮੈਂ ਉਹਦੀ ਫਿਰ ਮਾਥਿਊ ਦੀ ਲਿਖੀ ਐਕਸਪੋਜੀਸ਼ਨ, ਅਤੇ ਮੈਂ ਜੇ ਰੈਡਿੰਗ ਰਹਿੰਦਾ ਹੈਗਾ ਇੰਗਲੈਂਡ ਵਿੱਚ, ਤੇ ਇੱਥੇ ਜਿਹੜੇ ਲੋਕੀ ਇਹੋ ਹੀ ਲੈਂਗੁਏਜ ਜਾਣਦੇ ਇੰਗਲਿਸ਼ ਤੇ ਜਾਂ ਬਾਈਬਲ ਜਾਣਦੇ ਨੇ, ਇਸ ਕਰਕੇ ਮੈਂ ਬਾਈਬਲ ਦੇ ਜਿਹੜੇ ਪੈਰਾਬਲ ਸੀ ਉਹਨਾਂ ਦੀ ਵਿਆਖਿਆ ਕਰਕੇ ਇਹਨਾਂ ਨੂੰ ਦੱਸੀ ਵੀ ਆਹ ਹੈਗਾ ਇਹਦਾ ਮਤਲਬ, ਆਹ ਹੈਗਾ। ਤੇ ਇੱਕ ਜੌਨ 4 ਹੈਗਾ ਇਹਨਾਂ 'ਚ, ਜਿਹੜੇ ਕਿ ਇੱਕ ਸਮੈਰੀਟਨ ਬੁੱਕ ਨੇ, ਪੰਜ ਖਸਮ ਕਾਬੂ ਕੀਤੇ ਸੀ ਹਸਬੈਂਡ। ਅੱਛਾ, ਇਹ ਜਿਹੜੇ ਲਫੀ ਮੈਨੇ ਲੈ ਲੈਂਦੇ ਨਾ ਜਿਹੜੇ ਯੂਨੀਵਰਸਿਟੀਆਂ ਦੇ, ਇਹ ਕਹਿੰਦੇ ਜੀ ਉਹ ਤਾਂ ਇੱਕ ਕੰਜਰੀ ਸੀਗੀ, ਇੱਕ ਆਦਮੀ ਫੜ ਕੇ ਦੂਜਾ ਆਦਮੀ ਕਰ ਲੈਂਦੀ ਸੀ, ਉਹ ਤਾਂ ਪਾਪਣ ਸੀਗੀ। ਮੈਂ ਉਹਨੂੰ ਦੱਸਿਆ ਉਹ ਪੰਜ ਜਿਹੜੇ ਸੀਗੇ ਕਾਮ ਕ੍ਰੋਧ ਲੋਭ ਮੋਹ ਕਾਰ ਸੀਗੇ, ਉਹ ਫਿਜ਼ੀਕਲ ਹਸਬੈਂਡ ਨਹੀਂ ਸੀਗੇ। ਤੇ ਉਹਨਾਂ ਨੂੰ ਦੱਸੀਦਾ ਨਾ ਜਦੋਂ ਉਹਨਾਂ ਦੇ ਪੱਲੇ ਨਹੀਂ ਪੈਂਦਾ, ਕਿਉਂ ਉਹਨਾਂ ਨੇ ਜਿਹੜੀ ਇਹਨੂੰ ਕਹਿੰਦੇ ਨੇ ਜਿਹੜੇ ਅੱਖਰ ਹੁੰਦੇ ਨੇ ਜਿਹੜੇ ਲੈਟਰ, ਇਹਨਾਂ ਨੂੰ ਓਲਡ ਵਾਈਨ ਕਹਿੰਦੇ ਨੇ, ਪੁਰਾਣੀ ਸ਼ਰਾਬ। ਇਹ ਪੁਰਾਣੀ ਸ਼ਰਾਬ ਨਾਲ ਰੱਜੇ ਹੋਏ ਗਏ ਨੇ, ਇਹਨਾਂ ਨੂੰ ਨਵੀਂ ਸ਼ਰਾਬ ਵੀ ਚਾਹੀਦੀ। ਨਾਮ ਖੁਮਾਰੀ ਚੜੀ ਰਹੇ ਦਿਨ ਰਾਤ, ਜੇ ਤੁਸੀਂ ਨਵੀਂ ਸ਼ਰਾਬ ਪੀਓਗੇ। ਪੁਰਾਣੀ ਸ਼ਰਾਬ ਜਿਹੜੀ ਹੈਗੀ ਉਹਦੀ ਖੁਮਾਰੀ ਨਹੀਂ ਚੜ੍ਹਦੀ, ਉਹ ਜਦੋਂ ਪੀਤੀ ਹੈ ਡਬੇਟਾਂ ਵਗੈਰਾ ਹੋਈਆਂ ਤੇ ਪੀਤੀ, ਜਦੋਂ ਡਬੇਟਾ ਖਤਮ ਹੋ ਗਿਆ ਤੇ ਉਹ ਉਤਰ ਜਾਂਦੀ ਹੈਗੀ, ਭੁੱਲ ਭੱਲ ਜਾਂਦੇ ਲੋਕੀ। ਜੇ ਉਹਨਾਂ ਨੂੰ ਬਾਈਬਲ ਲੈ ਲਓ ਨਾ ਉਹਨਾਂ ਦੇ ਹੱਥ ਤੋਂ, ਕੱਢ ਲਓ ਇੱਕ ਬੋਲੋ, ਹੁਣ ਉਹ ਕੁਛ ਨਹੀਂ ਬੋਲ ਸਕਦੇ। ਅਸਲ ਦੇ ਵਿੱਚ ਬਾਈਬਲ ਮਨਾ ਕੀਤੀ ਹੋਈ ਚੀਜ਼ ਨੇ, ਕਿ ਉਹ ਜਿਹੜੇ ਨਾਮ ਹੈਗਾ ਇਹ ਧੁਰਤ ਮਿਲਦਾ ਹੈ, ਧੁਰਕੀ ਬਾਣੀ ਧੁਰਤ ਮਿਲਦੀ ਹੈਗੀ, ਲਿਖੀ ਨਹੀਂ ਜਾਂਦੀ। ਇਸ ਕਰਕੇ ਆਦਿ ਗ੍ਰੰਥ ਜਿਹੜਾ ਸੀਗਾ ਸਤਿਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ ਸੀ, ਇੱਕ ਤੰਬੂ ਚ ਆਪ ਰਹਿੰਦੇ ਸੀ, ਇੱਕ ਤੰਬੂ ਚ ਭਾਈ ਗੁਰਦਾਸ ਜੀ, ਤੇ ਉਹ ਭਾਈ ਗੁਰਦਾਸ ਕਹਿੰਦੇ ਤੁਹਾਡੇ ਤੰਬੂ ਚ ਦੋ ਲੋਕਾਂ ਦੀਆਂ ਆਵਾਜ਼ਾਂ ਆਉਂਦੀਆਂ, ਹੋਰਾਂ ਦੀਆਂ ਵੀ ਆਉਂਦੀਆਂ ਨੇ। ਤਾਂ ਫਿਰ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਵੀ ਹਰ ਇੱਕ ਭਗਤ ਹਰ ਇੱਕ ਸਤਿਗੁਰੂ ਖੁਦ ਆ ਕੇ ਤੈਨੂੰ ਬਾਣੀ ਲਿਖਾਉਂਦਾ ਹੈਗਾ, ਇਹ ਨਾ ਕਹਿਣ ਵੀ ਅਰਜਨ ਨੇ ਲਿਖਵਾਈ ਹੈਗੀ, ਕਿਉਂ ਉਹ ਅਟਰਨਲ ਹੈਗੇ ਨੇ। ਇਹ ਬਾਣੀ ਜਿਹੜੀ ਪਹਿਲੀ ਪੀੜ ਲਿਖੀ ਸੀ ਜਿਹੜੀ, ਉਹ ਫਿਰ ਜਦੋਂ ਲਿਖਦਾ ਸੀ ਬਾਅਦ ਵਿੱਚ ਉਹ ਸ਼ਾਮ ਨੂੰ ਆਪ ਪੜ੍ਹ ਕੇ ਤੇ ਫਿਰ ਉਹ ਦਸਤਖਤ ਕਰਦੇ ਹੁੰਦੇ ਸੀ, ਆਪਣੇ ਛਾਪ ਲਾਉਂਦੇ ਸੀ ਕਿ ਠੀਕ ਹੈ ਜੀ। ਤੇ ਉਹ ਫਿਰ ਕੱਲਿਆ ਸੀ ਨਾ ਭਾਈ ਮੰਗਟ ਨੂੰ ਤੇ ਉਹਦੇ ਗਰੁੱਪ ਨੂੰ ਜਾਂ ਇਹਦੀ ਜਿਲਦ ਬਣਾ ਲਿਆ, ਉਹਨੇ ਇੱਕ ਹੋਰ ਉਤਾਰਾ ਕਰਕੇ ਲੈ ਆਉਂਦਾ ਸੀਗਾ, ਉਹ ਉਹਨੇ ਬੜੇ ਦਿਲ ਠੀਕ ਤਰੀਕੇ ਕੀਤੀ ਸੀ ਉਤਾਰਾ। ਉਹ ਜਦੋਂ ਲਿਆਂਦੇ ਤਾਂ ਦੋ ਪੇਸ਼ ਕੀਤੀ ਆ, ਇੱਕ ਜਿਹੜੀ ਸੀਗੀ ਓਰੀਜਿਨਲ ਜਿਹੜੀ ਉਹਨਾਂ ਨੇ ਆਪ ਲਿਖਵਾਈ ਸੀਗੀ ਤੇ ਛਾਪਾ ਲਾਏ ਸੀਗੇ, ਇੱਕ ਉਹਨੇ ਜਿਹੜੀ ਨਕਲ ਕੀਤੀ ਸੀਗੀ।
ਨਕਲ ਵਾਲੇ ਨੂੰ ਕਿਹਾ ਜੀ ਇਹ ਆਦਮੀ ਦੀ ਕੀਤੀ ਹੋਈ ਕਿਸੇ ਭਗਤ ਨੇ ਨੀ ਜੇ ਪੁਆਈ ਹੋਈ ਹੈ ਇਹ ਆਦਮੀ ਨੇ ਖੁਦ ਦੇਖੀ ਹੋਈ ਉਹਨੂੰ ਕਿਹਾ ਖਾਰੀ ਬੀੜ ਤੇ ਕਿਹਾ ਇਹਨੂੰ ਮਨ ਦੇ ਅੰਨੇ ਪੜਨਗੇ ਇਹ ਜਿਹੜੀ ਆਪ ਲਿਖਾ ਉਹ ਸੀ ਮਿੱਠੀ ਬੀੜ ਸੁੱਕੀ ਤੇ ਉਹ ਇਹ ਖੱਤਰੀਆਂ ਦੇ ਹੱਥ ਆ ਗਈ ਨਾ ਮੀਨੇ ਖੱਤਰੀ ਜਿਹੜੇ ਹੈਗੇ ਨੇ ਇਹਨਾਂ ਦੇ ਹੱਥ ਆ ਗਈ ਹਰਿਮੰਦਰ ਸਾਹਿਬ ਵਿੱਚ ਤੇ ਇਹਨਾਂ ਨੇ ਫਿਰ ਉਹਦੇ ਛਫੇ ਸਾਫ ਕਰ ਦਿੱਤੇ ਪਧਰੇ ਕਰ ਦਿੱਤੇ ਤੇ ਹੋਰ ਕਈ ਕੁਛ ਕੀਤਾ ਤੇ ਆਹ ਜਿਹੜੀਆਂ ਬੀੜਾਂ ਤੁਸੀਂ ਪੜ੍ਹਦੇ ਆ ਆਪਣੇ ਹੁਣ ਲਾਈਆਂ ਹੋਈਆਂ ਨੇ ਉੱਥੇ ਕਈ ਦੇਖੋ ਤੁਸੀਂ ਕਨੇਡਾ ਚ ਦਸ ਦਸ ਬਾਰਾਂ ਬਾਰਾਂ ਬੀੜਾਂ ਪੜ੍ਹਨ ਲੈ ਲੋਕੀ ਉਹ ਹੀ ਉਹ ਸਾਰੀਆਂ ਅਤਿਕਾਰੀਆਂ ਨੇ ਉਹ ਮਨ ਦੇ ਅੰਨੇ ਪੜ੍ਹਦੇ ਨੇ ਤੇ ਮਨ ਦੇ ਅੰਨਿਆਂ ਨੂੰ ਪੁੱਛੋ ਵੀ ਸਿੱਖ ਤੇ ਖਾਲਸੇ ਚ ਕੀ ਫਰਕ ਹੈਗਾ ਸਿੱਖ ਖਾਲਸਾ ਤੀਜਾ ਪੰਥ ਹੈਗਾ ਨਾ ਉਹਨਾਂ ਪੁੱਛੇ ਪਹਿਲੇ ਦੋ ਪੰਥ ਕਿਹੜੇ ਨੇ ਕੁਛ ਨੀ ਪਤਾ ਇਹਨੂੰ ਕਹਿੰਦੇ ਰੱਬ ਲੜਾਈ ਜੋੜੀ ਇੱਕ ਅੰਨਾ ਤੇ ਇੱਕ ਕੋੜੀ ਉਹ ਜਿਹੜਾ ਗ੍ਰੰਥੀ ਹੈਗਾ ਜਿਹੜਾ ਉਹਨਾਂ ਨੂੰ ਦੱਸਦਾ ਵੀ ਆ ਪੜ੍ਹੀ ਜਾਓ ਉਹ ਹੈਗਾ ਕੋੜੀ ਪੈਸੇ ਦੀ ਖਾਤਰ ਯਾਦ ਰੱਖੋ ਕਿ ਸਤਿਗੁਰੂ ਸੀਗੇ ਲਿਖਿਆ ਅਰਜਨ ਦੇਵ ਜੀ ਸਾਹਿਬ ਰਾਮਦਾਸ ਜੀ ਸੀਗੇ ਤੇ ਉਹ ਜਿਹੜੇ ਭੱਠ ਹੁੰਦੇ ਸੀਗੇ ਉਹਨਾਂ ਨੇ ਕਿਹਾ ਸਾਡੀ ਲੜਕੀ ਦੀ ਸ਼ਾਦੀ ਹੈਗੀ ਤੇ ਸਾਨੂੰ ਇੱਕ ਦਿਨ ਦੇ ਚੜਾਵਾ ਸਾਨੂੰ ਦੇ ਦਿਆ ਜੇ ਉਹਨਾਂ ਕਿਹਾ ਠੀਕ ਹੈ ਉਹਦੇ ਚੜਾਵਾ ਘੱਟ ਚੜਿਆ ਉਹਨਾਂ ਨੂੰ ਸੰਤੋਖ ਨਹੀਂ ਆਇਆ ਦੂਜੇ ਚ ਜਦੋਂ ਕੀਰਤਨ ਕਰਨਾ ਸੀ ਉਹਨਾਂ ਨੂੰ ਬੁਲਾਇਆ ਵੀ ਆਓ ਵੀ ਕੀਰਤਨ ਕਰੋ ਕਹਿੰਦੇ ਨਹੀਂ ਕਿਸੇ ਤਾਂ ਨਹੀਂ ਆਉਣਾ ਉਹ ਤੇ ਉਹਨਾਂ ਲੋਕਾਂ ਨੂੰ ਕਿਹਾ ਵੀ ਚੜਾਵਾ ਨਾ ਚੜਾਓ ਇਹਨਾਂ ਨੂੰ ਜਾਣਾ ਹੈਗਾ ਤੇ ਜਦੋਂ ਉਹ ਪੈਸੇ ਦੀ ਖਾਤਰ ਨਾ ਉਹ ਕੀਰਤਨ ਨਹੀਂ ਆਏ ਸੀ ਕਰਨ ਫਿਰ ਸਤਿਗੁਰ ਆਪ ਗਏ ਸੀਗੇ ਉਹਨਾਂ ਕੋਲ ਤੇ ਉਹ ਫਿਰ ਇਨਕਾਰ ਕਰ ਦਿੱਤਾ ਉਹਨੇ ਫਿਰ ਕਹਿੰਦਾ ਤੁਹਾਨੂੰ ਕੋਟ ਹੋ ਜਾਏ ਇਹ ਜਿਹੜਾ ਲਾਲਚ ਹੈਗਾ ਪੈਸੇ ਦਾ ਇਹ ਕੋੜੀ ਹੋਈ ਪਿਛਲੀ ਜਰੂਸਲਮ ਵਿੱਚ ਜਿਹੜਾ ਸੀ ਨਾ ਪਹਿਲਾ ਹਰਿਮੰਦਰ ਜਿਹੜਾ ਸੀ ਆਪਣੇ ਜਰੂਸਲਮ ਵਿੱਚ ਸੀਗਾ ਕੋਲੀ ਅਸਥਾ ਕੋਲੀ ਇਹ ਦੁਨੀਆਂ ਚ ਇੱਕ ਨੰਬਰ ਦਾ ਸੀਗਾ ਅਸਥਾਨ ਹੋਲੀ ਤੇ ਇੱਥੇ ਲੋਕੀ ਆਉਂਦੇ ਸੀਗੇ ਪਿਲਗ੍ਰਿਮ ਇਹ ਜਿਹੜੇ ਸੀ ਬਨਾਰਸ ਦੇ ਠੱਗਾਂ ਨਾਲ ਵੀ ਉੱਪਰ ਸੀਗੇ ਲੁੱਟ ਲੈਂਦੇ ਸੀ ਲੋਕਾਂ ਨੂੰ ਜਿੱਦਾਂ ਬਨਾਰਸ ਦੇ ਠੱਗ ਲੁੱਟ ਜਾਂਦੇ ਸੀ ਨਾ ਲੋਕੀ ਉੱਥੇ ਉਹਨਾਂ ਨੂੰ ਲੁੱਟ ਲੈਂਦੇ ਸੀਗੇ ਤੇ ਇਹ ਵੀ ਲੁੱਟ ਲੈਂਦੇ ਸੀਗੇ ਇਸ ਕਰਕੇ ਜਿਹੜਾ ਸੀਗਾ ਉੱਥੇ ਜਰੂਸਲਮ ਇਜ਼ਰਾਈਲ ਵਿੱਚ ਕੋੜੀ ਜ਼ਿਆਦਾ ਸੀਗੇ ਤੇ ਲਾਲਿਸ਼ ਕਰਕੇ ਤੇ ਪ੍ਰੋਫਿਟ ਇਲਾਸ਼ਾ ਜਿਹੜਾ ਸੀਗਾ ਉਹ ਆਇਆ ਸੀਗਾ ਉਹਨੇ ਇੱਕ ਨਾਮਾ ਸੀ ਸੀਰੀਆ ਦਾ ਜਨਰਲ ਉਹਨੂੰ ਕੋਟ ਹੋ ਗਿਆ ਸੀ ਉਹਨੇ ਕਿਹਾ ਵੀ ਸੱਤਰੀ ਦੇ ਦੁਖੀ ਦਾ ਰਿਵਰ ਜੋਰਡਨ ਵਿੱਚ ਠੀਕ ਹੋ ਜਾਏਗਾ ਉਹਨੇ ਲਾਈ ਤੇ ਠੀਕ ਹੋ ਗਿਆ ਉਹ ਫਿਰ ਲੈ ਕੇ ਆਇਆ ਪ੍ਰੈਜੈਂਟ ਵੀ ਦਿਆ ਉਹ ਨਾਮਾ ਕਹਿੰਦਾ ਵੀ ਮੈਂ ਨੀ ਸਾਡੀ ਲਾਸ਼ਾ ਕਹਿੰਦਾ ਮੈਂ ਨੀ ਲੈਣੇ ਵਾਪਸ ਲੈ ਜਾ ਉਹ ਜਦੋਂ ਵਾਪਸ ਮੈਂ ਜਾ ਰਿਹਾ ਸੀ ਉਹਦੇ ਜਿਹੜੇ ਸੀ ਨਾ ਚੇਲੇ ਇਲਾਸ਼ਾ ਦੇ ਉਹ ਨਾਲ ਤੁਰ ਪਏ ਉਹਦੇ ਇੱਕ ਬਹਾਨਾ ਤੇ ਦੋ ਬਹਾਨੇ ਲਾ ਗਿਆ ਤੇ ਕੋਈ ਸਾਰੇ ਕੋਲ ਹੈ ਸਾਰੇ ਉਹਦੇ ਤੋਂ ਲੈ ਲਏ ਏਦਾਂ ਦੇ ਇਹ ਲਾਲਚੀ ਸੀਗੇ ਚਲੇ ਇੱਥੇ ਕੋੜੀ ਚ ਜ਼ਿਆਦਾ ਸੀਗੇ ਤੇ ਜਦੋਂ ਜੀਜੇ ਨੇ ਇਹ ਦੱਸਿਆ ਨਾ ਵੀ ਉਹਨੇ ਇੱਕ ਕੋੜੀ ਵੀ ਜੀ ਕੀਤਾ ਤੁਹਾਡਾ ਸਾਫ ਉਹਨੇ ਬਾਹਰਲੇ ਦਾ ਕੀਤਾ ਹੈਗਾ ਸੀਰੀਆ ਦਾ ਉਹਨਾਂ ਨੂੰ ਗੁੱਸਾ ਚੜਿਆ ਤੇ ਉਹਨੂੰ ਲੈ ਕੇ ਗਏ ਇਹਨੂੰ ਮਾਰ ਦਈਏ ਡੁਬਕੀ ਦਈਏ ਇਹਨੂੰ ਪਹਾੜੀ ਦੇ ਉੱਪਰ ਚੜ੍ਹ ਕੇ ਤੇ ਥੱਲੇ ਦੇਈਏ ਇਹਨੂੰ ਉਹ ਨਿਕਲ ਗਿਆ ਵਿੱਚੋਂ ਨੱਚ ਤੇ ਏਦਾਂ ਹੈਗੇ ਉਹ ਬਹੁਤ ਚੀਜ਼ਾਂ ਜਿਹੜੀਆਂ ਤੁਹਾਨੂੰ ਮਿਲਣਗੀਆਂ ਬਹੁਤ ਮਜ਼ੇਦਾਰ ਕਹਾਣੀ ਹੈਗੀ ਹੈ ਇਹੋ ਤੇ ਨਾਲੇ ਸਬਕ ਮਿਲਦੇ ਨੇ ਤੇ ਇਸ ਕਰਕੇ ਜਿਹੜੇ ਕੋਹੜੀ ਹੁੰਦੇ ਨੇ ਇਹ ਆਮ ਉਹੀ ਹੁੰਦੇ ਨੇ ਜਿਹਨਾਂ ਨੇ ਲੋਕਾਂ ਨੂੰ ਠੱਗਿਆ ਹੁੰਦਾ ਹੈਗਾ ਰੱਬ ਰਾਈ ਜੋੜੀ ਇੱਕ ਅੰਨਾ ਤੇ ਇੱਕ ਕੋਹੜੀ ਜਿਹੜੇ ਸੁਣਦੇ ਨੇ ਆਪਣੇ ਗੁਰਦੁਆਰਿਆਂ 'ਚ ਮਨ ਦੇ ਅੰਨੇ ਹੈਗੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਹਿੰਦੂ ਕੌਣ ਹੁੰਦਾ ਹੈਗਾ ਉਹਨਾਂ ਨੂੰ ਇਹ ਦੱਸਿਆ ਹੈ ਵੀ ਜਿਹੜਾ ਖੱਤਰੀ ਹੈਗੇ ਨੇ ਜਿਹੜੇ ਇਹਨਾਂ ਦਾ ਯੁੱਗ ਹੈਗਾ ਕਲਯੁੱਗ ਦਾ ਇਹ ਖੱਤਰੀਆਂ ਨੇ ਲਿਖ ਲਿਖ ਕੇ ਨਾ ਕਿਤਾਬਾਂ
ਤੇ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਤੇ ਹਿੰਦੂ ਉਹ ਹੁੰਦਾ ਜਿਹੜਾ ਆਪਣੀ ਹੋਂਦ ਜਾਣੇ ਜਿੱਦਾਂ ਕੋਈ ਅਣਜਾਣ ਪਿੰਡ ਚ ਕੋਈ ਆਉਂਦਾ ਤੇ ਉਹਨੂੰ ਕਹਿੰਦਾ ਹੁੰਦਾ ਕੌਣ ਹੈ ਉਹ ਫਿਰ ਆਪਣੀ ਜਾਤੀ ਤੇ ਵਾਸੀ ਦੱਸਦਾ ਹੈਗਾ ਉਹਦੇ ਨਾਲ ਉਹਦੀ ਪਛਾਣ ਹੋ ਜਾਂਦੀ ਉਹ ਹਿੰਦੂ ਹੁੰਦਾ ਹੈਗਾ ਬੋਧੀ ਜਿਹਨੂੰ ਉਹਦਾ ਹਿੰਦੂ ਨਹੀਂ ਹੁੰਦਾ ਸਾਊਥ ਇੰਡੀਆ ਵਿੱਚ ਉਹ ਲੋਕਾਂ ਦੇ ਮੁੰਡੇ ਚਾਰ ਨਾਂ ਹੈਗੇ ਨੇ ਮੁੰਡੇ ਦਾ ਨਾਂ ਉਹਦੇ ਪੇ ਦਾ ਨਾਂ ਉਹਦੇ ਪਿੰਡ ਦਾ ਨਾਂ ਤੇ ਉਹਦਾ ਗੋਤ ਚੋਂ ਉਹਦੀ ਪਛਾਣ ਹੋ ਜਾਂਦੀ ਕਿ ਫਲਾਨੇ ਦਾ ਪੁੱਤਰ ਹੈਗਾ ਫਲਾਨੀ ਜਗ੍ਹਾ ਰਹਿਣ ਵਾਲਾ ਹੈਗਾ ਜੇ ਉਹ ਤੁਹਾਡੇ ਨਾਲ ਠੱਗੀ ਕਰੇਗਾ ਕੁਛ ਏਦਾਂ ਦਾ ਕਰੇਗਾ ਤੁਸੀਂ ਉਹਦੇ ਪਿਓ ਕੋਲ ਜਾਓਗੇ ਕਹੋਗੇ ਤੇਰੇ ਪੁੱਤਰ ਨੇ ਮੈਨੂੰ ਠੱਗ ਲਿਆ ਉਹਨਾਂ ਕੋਲ ਹੈਗੀ ਸ਼ਰਮ ਉੱਥੇ ਹੈਗਾ ਧਰਮ ਉੱਥੇ ਕੋਈ ਭਗਤ ਨਹੀਂ ਹੋਇਆ ਸੇਂਟ ਥੋਮਸ ਆਇਆ ਸੀਗਾ ਉਹ ਪ੍ਰਚਾਰ ਕਰ ਗਿਆ ਭਗਤ ਹੋਏ ਨੇ ਉੱਥੇ ਜਿੱਥੇ ਠੱਗ ਸੀ ਜਿੱਥੇ ਲੋਕਾਂ ਨੂੰ ਠੱਗਦੇ ਸੀ ਬਨਾਰਸ ਦੇ ਠੱਗ ਉੱਥੇ ਬਨਾਰਸ ਜ਼ਿਆਦਾ ਭਗਤ ਹੋਏ ਨੇ ਤੇ ਇਹ ਜਿਹੜੇ ਅੰਮ੍ਰਿਤਸਰੀ ਅੰਮ੍ਰਿਤਸਰੀ ਛੇਵੇਂ ਸਤਿਗੁਰੂ ਤੇਗ ਬਹਾਦਰ ਜੀ ਕਹਿ ਗਏ ਸੀਗੇ ਇਹਨਾਂ ਨੂੰ ਕੁੰਡਾ ਉਹਨਾਂ ਨੇ ਖੋਲਿਆ ਨਹੀਂ ਸੀਗਾ ਦਰਵਾਜ਼ਾ ਬੰਦ ਕਰ ਦਿੱਤਾ ਮੂੰਹ ਤੇ ਮਾਰਿਆ ਦਰਵਾਜ਼ਾ ਕਿਉਂ ਦੌੜ ਗਿਆ ਕਿਹੜੇ ਬਾਲ ਦੀ ਮੂਲੀ ਹੈ ਤੂੰ ਤੇ ਉਹ ਫਿਰ ਬਾਹਰ ਬਹਿ ਕੇ ਆ ਗਿਆ ਜੀ ਤੇ ਕਹਿ ਗਿਆ ਜੀ ਅੰਮ੍ਰਿਤਸਰੀ ਅੰਮ੍ਰਿਤਸਰੀ ਇਹ ਬਨਾਰਸ ਦੇ ਠੱਗਾਂ ਦੇ ਵੀ ਉਸਤਾਦ ਹੈਗੇ ਨੇ ਜਿਹੜੇ ਅੰਮ੍ਰਿਤਸਰ ਦੇ ਨੇ ਠੱਗ ਤੇ ਦੇਖ ਲਓ ਉੱਥੇ ਕਿੰਨਾ ਕੁ ਇਹਦਾ ਰੋਸ਼ਨੀ ਹੈਗੀ ਉਹ ਪਿੰਡਰਾਂ ਵਾਲਾ ਆ ਗਿਆ ਲੈ ਕੇ ਬੰਦੂਕਾਂ ਤੇ ਉੱਥੇ ਆ ਕੇ ਵੜ ਗਿਆ ਇਹ ਜਿਹੜਾ ਸਥਾਨ ਹੈਗਾ ਇੱਥੇ ਸੱਚੇ ਪਾਤਸ਼ਾਹ ਗੋਬਿੰਦ ਸਿੰਘ ਜੀ ਨਹੀਂ ਆਏ ਜਿਹੜੇ ਖਾਲਸੇ ਦਾ ਪਿਓ ਹੈਗਾ ਉਹ ਪੁੱਤਰ ਕੀ ਕਰਦਾ ਸੀ ਉੱਥੇ ਪਿਓ ਇਹ ਜਿਹੜੇ ਠੱਗਾਂ ਦੇ ਜਿਹੜਾ ਨਾ ਇੱਕ ਰੱਬ ਦਾ ਜੋ ਵੀ ਕਰਨਾ ਤੇ ਇੱਕ ਕੁੜੀ ਅੰਨੇ ਜਿਹੜੇ ਹੈਗੇ ਨੇ ਉਹ ਅਕਾਲ ਤਖ਼ਤ ਤੇ ਬੈਠੇ ਨੇ ਨਾਲ ਜਿਹੜੇ ਕੁੜੀ ਵਿੱਚ ਬੈਠੇ ਨੇ ਜਿਹੜੇ ਜਾਣ ਬੁੱਝ ਕੇ ਖੱਤਰੀ ਹੈਗੇ ਨੇ ਸ਼ਰਾਰਤਾਂ ਪਾਉਂਦੇ ਉਹ ਵੀ ਤੇ ਇਸ ਤਰ੍ਹਾਂ ਜਿਹੜਾ ਹੈਗਾ ਇਹ ਹੈਗਾ ਰੱਬ ਨਾਲ ਜੋੜੀ ਕਰਨਾ ਤੇ ਕੁੜੀ ਇਸ ਤਰ੍ਹਾਂ ਤੁਸੀਂ ਆਪ ਆਪਣੀ ਸੁਰਤੀ ਨਾਲ ਚੱਲਣਾ ਹੈਗਾ ਤੇ ਅਕਾਲ ਪੁਰਖ ਨੂੰ ਹਰ ਇੱਕ ਨੇ ਆਪਣਾ ਹਿਸਾਬ ਕਿਤਾਬ ਖੁਦ ਦੇਣਾ ਹੈਗਾ ਤੇ ਇਹ ਜਿਹੜਾ ਹੈਗੀ ਸੁਰਤੀ ਹੈਗੀ ਉਹ ਕਿਤਾਬਾਂ ਜਿਹੜੇ ਪੜ੍ਹੇ ਹੋਏ ਨਾ ਲੋਕ ਉਹਨਾਂ ਕੋਲ ਹੈ ਨਹੀਂ ਗੀ ਉਹਦਾ ਜੋ ਲਿਖਿਆ ਆ ਉਹੀ ਪਟੱਕ ਨਹੀਂ ਸੁਰਤੀ ਵਾਲਾ ਆਦਮੀ ਜਿਹੜਾ ਆਪਣੀ ਆਪਣੀ ਅਕਲ ਨਾਲ ਬੋਲਦਾ ਹੈਗਾ ਜਿਹੜਾ ਆਪਣੀ ਅਕਲ ਨਾਲ ਬੋਲੇ ਤਾਂ ਆਪ ਖੁਦ ਉਹਨੂੰ ਵਿਚਾਰੇ ਉਹਨੂੰ ਕਹਿੰਦੇ ਗਿਆਨੀ ਗਿਆਨੀ ਉਹ ਜੋ ਆਪ ਵਿਚਾਰੇ ਸੁਰਤੀ ਵਾਲੇ ਆਦਮੀ ਜਿਹੜੇ ਪਿੰਡਾਂ ਚ ਮਿਲਦੇ ਨੇ ਜਿਹੜੇ ਅਨਪੜ੍ਹ ਹੈਗੇ ਨੇ ਜਿਹੜੇ ਕਿਤਾਬਾਂ ਚ ਅੱਖਰ ਨਹੀਂ ਪੜ੍ਹ ਸਕਦੇ ਉਹ ਸੁਰਤੀ ਨਾਲ ਬੋਲਣਗੇ ਆਪ ਉਹ ਗਿਆਨੀ ਹੈਗੇ ਨੇ ਲੋਕੀ ਤੇ ਉਹਨਾਂ ਨੂੰ ਇਹ ਕਹਿੰਦੇ ਉਹਦੇ ਕਮਲੇ ਹੈਗੇ ਨੇ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਉਹਨਾਂ ਨੂੰ ਬਾਣੀ ਨਹੀਂ ਆਉਂਦੀ ਆਹ ਨਹੀਂ ਆਉਂਦਾ ਪਰ ਉਹ ਬੋਲਦੇ ਸੁਰਤੀ ਨਾਲ ਹੈਗੇ ਨੇ ਤੇ ਉਹਨਾਂ ਲਈ ਬਾਣੀ ਹੈਗੀ ਇਸ ਕਰਕੇ ਜ਼ਿਆਦਾ ਜਿਹੜੇ ਸਿੱਖ ਬਣੇ ਸੀਗੇ ਉਹ ਆਪਣੇ ਜੱਟ ਬਣੇ ਸੀਗੇ ਜਾਂ ਤਰਖਾਨ ਲੁਹਾਰ ਖੱਤਰੀ ਸਾਰਿਆਂ ਨਾਲ ਘੱਟ ਲੈਸ ਦੈਨ 1% ਸੀਗੇ ਇੱਕ ਫੀਸਦੀ ਜੱਟ 70% ਦੇ ਬਣੇ ਸੀਗੇ ਤੇ ਇਸ ਕਰਕੇ ਤੁਸੀਂ ਆਪਣੀ ਸੁਰਤੀ ਨਾਲ ਚੱਲੋ ਇਹਦੇ ਸ਼ਬਦ ਪਵਨ ਆਰੰਭ ਸਤਿਗੁਰੂ ਮਤ ਵੇਲਾ ਸ਼ਬਦ ਗੁਰੂ ਸੁਰਤ ਮੁਨ ਚੇਲਾ ਇਹ ਨਾ ਸਮਝੋ ਵੀ ਉਹਦੇ ਕੋਲ ਡਿਗਰੀਆਂ ਹੈਗੀਆਂ ਪ੍ਰੋਫੈਸਰ ਹੈਗਾ ਯੂਨੀਵਰਸਿਟੀ 'ਚ ਪੜ੍ਹ ਕੇ ਆਇਆ ਉਹ ਤਾਂ ਅਸਲ ਗਧਾ ਹੈਗਾ ਉਹ ਸਿੱਖ ਕੌਮ ਦਾ ਪ੍ਰਚਾਰ ਕਰਦਾ ਸਿੱਖ ਦਾ ਪੰਥ ਹੈਗਾ ਦੂਜਾ ਪੰਥ ਹੈਗਾ ਸਿੱਖ ਪਹਿਲਾ ਪੰਥ ਜਿਹੜਾ ਹੈਗਾ ਹਿੰਦੂ ਹੈਗਾ ਜਿੰਨਾ ਚਿਰ ਤੁਸੀਂ ਕੱਚੇ ਪਿਓ ਦੇ ਵੀ ਬੰਦੇ ਇਸ ਨੂੰ ਭੱਠੀ 'ਚ ਪਾਉਣਾ ਅਤੇ ਭੱਠੀ 'ਚ ਇਹਦੇ 'ਚ ਮਿੱਟੀ ਮੁਸਲਮਾਨ ਦੀ ਆ ਮਿੱਟੀ ਮੁਸਲਮਾਨ ਦੀ ਹੈਗੀ ਇਹਨੂੰ ਪਕਾਉਣਾ ਹੈਗਾ ਭੱਠੀ 'ਚ ਫਿਰ ਉਹ ਮੁਸਲਮਾਨ ਬਣਦਾ ਪੱਕੀ ਇੱਟ ਉਹਦਾ ਇਮਾਨ ਪੱਕਾ ਹੁੰਦਾ ਹੈਗਾ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜੇ ਤੁਸੀਂ ਜਾਣੀ ਕਰਨੀ ਤੇ ਮੇਰੇ ਵੀਡੀਓ ਦੇਖੋ ਤਾਂ ਉੱਥੇ ਤੁਹਾਨੂੰ ਪਤਾ ਲੱਗ ਜਾਏਗਾ ਬਹੁਤ ਆਸਾਨ ਹੈਗਾ ਕੋਈ ਕਿਤਾਬਾਂ ਪੜ੍ਹਨ ਦੀ ਲੋੜ ਨਹੀਂ ਹੈਗੀ ਇਹ ਇੱਥੇ ਹੈਗਾ ਅੰਦਰ ਆਪਣੇ ਦਿਲ ਤੋਂ ਪੁੱਛੋ ਦਿਲ ਤੁਹਾਨੂੰ ਦੱਸੇਗਾ ਪਹਿਲਾਂ ਆਪਣੇ ਜਿਹੜਾ ਪਾਰ ਭਰਮ ਹੈਗਾ ਉਹਨੂੰ ਅੰਦਰ ਲਿਆਓ ਉਹ ਅੰਦਰ ਤਦੇ ਹੈਗਾ ਜੇ ਤੁਸੀਂ ਸੱਚ ਬੋਲੋਗੇ ਜਿਹੜਾ ਸੱਚ ਹੈਗਾ ਇਹ ਸੱਤ ਦੀ ਬੁਨਿਆਦ ਹੈਗੀ
ਜਿਹੜਾ ਆਦਮੀ ਸੱਚ ਨਹੀਂ ਬੋਲਦਾ ਸੱਚ ਕਿਵੇਂ ਬੋਲ ਜਾਏਗਾ? ਉਹਨੂੰ ਪਿਆਰ ਹੈ ਨਹੀਂ ਗਾ, ਇਸ ਲਈ ਪੀਟਰ ਜਿਹੜਾ ਸੀਗਾ ਉਹ ਸੱਚ ਬੋਲਦਾ ਸੀਗਾ। ਇਸ ਕਰਕੇ ਪਹਿਲਾਂ ਜਿਹੜਾ ਪ੍ਰਚਾਰ ਹੁੰਦਾ ਸੀ ਨਵੇਂ ਜਦੋਂ ਚਰਚ ਕੋਈ ਖੋਲਦੇ ਸੀ ਨਾ, ਪਹਿਲਾਂ ਜਿਹੜਾ ਪੀਟਰ ਨੂੰ ਬੁਲਾਉਂਦੇ ਸੀ ਆ ਪ੍ਰਚਾਰ ਕਰ, ਉਹ ਫਿਰ ਸੱਚ ਦਾ ਦੱਸਦਾ ਵੀ ਝੂਠ ਨਾ ਬੋਲੋ ਸੱਚ ਬੋਲੋ। ਤੇ ਉਹਦੇ ਤੇ ਫਿਰ ਉਸਾਰੀ ਜਿਹੜੀ ਸੱਚ ਦੀ ਕੀਤੀ ਸੀ ਉਹ ਫਿਰ ਅਪੋਸਟਲ ਕਰਦੇ ਸੀਗੇ। ਬਹੁਤ ਸਾਰੀਆਂ ਚੀਜ਼ਾਂ ਇੱਥੇ ਹੈਗੀਆਂ, ਕਿਤਾਬਾਂ ਜੋ ਨਹੀਂ ਮਿਲਦੀਆਂ ਭਾਈ, ਜੇ ਕਿਤਾਬਾਂ ਪੜ੍ਹੀ ਜਾਓ ਤੁਸੀਂ ਤਾਂ ਪੁੱਛ ਲਈ ਇਹਦਾ ਸਮਾਂ ਕੇ ਤੁਹਾਨੂੰ ਗੁੰਮਰਾਹ ਕਰ ਦੇਣਗੇ, ਤੁਹਾਨੂੰ ਸੁਪਰ ਡੋਂਕੀ ਕੈਰੀ ਹੋਗੀ ਬੁੱਕ ਬਣਾ ਦੇਣਗੇ। ਉਹਨਾਂ ਨਵਜੋਤ ਸਿੱਧੂ ਜਿਹੜਾ ਹੈਗਾ ਆਪਣੇ ਜਦੋਂ ਉਦਘਾਟਨ ਹੋਇਆ ਨਾ ਕਾਰੀਡੋਰ ਦਾ, ਉਹ ਤਾਂ ਸਿੱਖ ਕੌਮ ਦਾ ਪ੍ਰਚਾਰ ਕਰੀਏ, ਇਹ ਤੁਹਾਨੂੰ ਦੱਸਦਾ ਵੀ ਇਹਦਾ ਕੋਈ ਕਿੰਨਾ ਇਲਮ ਹੈਗਾ। ਸਿੱਖ ਪੰਥ ਹੈਗਾ ਉਹਦੀ ਕੌਮ ਜੱਟ ਹੈਗੀ, ਆਪਣੀ ਜੱਟ ਸਿੱਧੂ ਜੱਟਾਂ ਦਾ ਗੋਤ ਹੈਗਾ, ਉਹ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਪੱਕਾ ਹਰਾਮੀ ਬਣ ਗਿਆ। ਇੱਕ ਤਾਂ ਹੁੰਦਾ ਕੰਜਰੀ ਦੇ ਪੇੜ ਚ ਪੈਦਾ ਹੁੰਦਾ ਹਰਾਮੀ, ਉਹਨੂੰ ਤਾਂ ਪਤਾ ਨਹੀਂ ਵੀ ਮੇਰਾ ਪਿਓ ਕੌਣ ਹੈਗਾ, ਉਹਦਾ ਇੱਕ ਭਗਤ ਵੀ ਬਣ ਜਾਂਦਾ, ਜਿੱਦਾਂ ਭਗਤ ਬਿੱਦਰ ਸੀਗਾ ਉਹ ਜਿਹੜਾ ਜਾਸੀ ਦੇ ਪੇਟ ਚ ਪੈਦਾ ਹੋਇਆ ਸੀ, ਭਗਤ ਬਣ ਸਕਦਾ ਹੈਗਾ ਉਹ ਜਿਹੜਾ ਆਦਮੀ ਜਿਹੜਾ ਕਿ ਚਤੁਰ ਚਲਾਕੀ ਨਾਲ ਆਪਣੀ ਕੌਮ ਭੁੱਲ ਜਾਏ। ਤੇ ਉਹ ਜਿਹੜਾ ਹੁੰਦਾ ਹੈਗਾ ਆਦਮੀ ਜਿਹੜਾ ਜਾਣ ਬੁੱਝ ਕੇ ਆਪਣੀ ਕੌਮ ਭੁੱਲਦਾ ਹੈਗਾ ਉਹ ਹੁੰਦਾ ਸੁਪਰ ਬਾਸਟਰਡ, ਉਹਨੂੰ ਕਹਿੰਦੇ ਸ਼ੰਕਰ ਵਰਨੀਆਂ, ਸ਼ੰਕਰ ਵਰਨੀਆਂ ਹਰਾਮੀ। ਇਸ ਕਰਕੇ ਨਵਜੋਤ ਸਿੱਧੂ ਆਪਣੀ ਜੱਟ ਕੌਮ ਨੂੰ ਜਵਾਬ ਦੇ ਕੇ ਤੇ ਸਿੱਖ ਕੌਮ ਅਪਣਾ ਕੇ ਇੱਕ ਸ਼ੰਕਰ ਵਰਨੀਆਂ ਪੱਕਾ ਹਰਾਮੀ ਬਣ ਗਿਆ। ਹੁਣ ਉਹਨੇ ਕਾਹਦੇ ਲਈ ਸਿੱਖ ਕੌਮ ਕਹੀ ਸੀਗੀ? ਲੋਕਾਂ ਨੂੰ ਖੁਸ਼ ਕਰਨ ਲਈ, ਵੀ ਲੋਕੀ ਜਿਹੜੇ ਖੁਸ਼ ਹੋਣ, ਜਿੱਦਾਂ ਗੁਰਦੁਆਰੇ ਚ ਸਿੱਖ ਕੌਮ ਦਾ ਪ੍ਰਚਾਰ ਕਰਦੇ ਨੇ ਲੋਕਾਂ ਚ ਖੁਸ਼ ਹੋਣ ਲਈ। ਪਰ ਉਹ ਜਿਹੜਾ ਹੈਗਾ ਕੀ ਹੁੰਦਾ ਉਹਨਾਂ ਦਾ ਦੀਨ ਗੁਆਇਆ ਦੁਨੀਸ਼ਿਓ, ਉਹ ਆਪਣਾ ਦੀਨ ਜਿਹੜਾ ਹੈਗਾ ਨਾ ਪਾਰ ਬ੍ਰਹਮ ਦੇ ਜਾਣਾ ਅੱਖਰਾਂ ਤੇ ਜਾਣਾ ਉਹ ਗੁਆ ਬੈਠਾ। ਦੀਨ ਗੁਆਇਆ ਦੁਨੀਸ਼ਿਓ, ਦੁਨੀ ਦੇ ਨਾਲ ਵੀ ਦੁਨੀਆਂ ਦੀ ਮੈਂ ਤਰੀਫਾ ਪੜਨਾ, ਦੀਨ ਗੁਆਇਆ ਦੁਨੀਸ਼ਿਓ ਦੁਨੀ ਨਾਲ ਸਾਥ ਚਾਲੀ, ਇਹ ਦੁਨੀਆਂ ਜਿਹੜੀ ਸਾਥ ਨਹੀਂ ਚੱਲਦੀ, ਸਾਥ ਜਾਣਾ ਪਾਰ ਬ੍ਰਹਮ ਨੇ, ਪਾਪ ਬ੍ਰਹਮ ਨੂੰ ਤਾਂ ਜਵਾਬ ਦੇ ਦਿੱਤਾ ਉਹਨਾਂ ਦੁਨੀਆਂ ਨੂੰ ਖੁਸ਼ ਕਰਨ ਲਈ। ਤੇ ਧੱਕੇ ਖਾਓ ਫਿਰ, ਜਿੱਦਾਂ 1947 ਚ ਮਰੇ ਸੀ ਲੋਕੀ, ਮੇਰੇ ਫਾਦਰ ਨੂੰ ਇਲਮ ਸੀਗਾ, 2000 ਰਾਹੀ ਆਏ ਸੀ ਹਮਲਾ ਕਰਨ, ਜਦੋਂ ਉਹਨਾਂ ਨੂੰ ਦੱਸਿਆ ਸੀ ਜੱਟਾਂ ਨੇ ਮਰਨਾ ਤੁਸੀਂ ਰਾਈਆਂ ਨੇ ਮਰਨਾ, ਤੇ ਉਹਨਾਂ ਤਿੰਨਾਂ ਲਾਲਿਆਂ ਦੀ ਸ਼ਰਾਰਤ ਸਮਝਾਈ, ਪੱਲੇ ਪੈ ਗਈ ਉਹਦੇ 2000 ਨੂੰ, ਕਹਿੰਦਾ ਇਹ ਸਾਡੇ ਮਹਿਮਾਨ ਹੈਗੇ ਖਬਰਦਾਰ ਇਹਨਾਂ ਨੂੰ ਨੁਕਸਾਨ ਪਹੁੰਚਾਇਆ, ਤੇ ਉਹਨੇ ਸਾਡੀ ਹਿਫਾਜ਼ਤ ਕੀਤੀ, ਆਇਆ ਸੀ ਮਾਰਨ ਹਿਫਾਜ਼ਤ ਕੀਤੀ ਇੱਕ ਨੰਬਰ ਦੀ। ਤੇ ਇਹ ਹੁੰਦਾ ਇਹਦੇ ਚ ਬਾਣੀ ਜਿਹੜੀ ਹੈਗੀ ਇਹ ਬਹੁਤ ਉੱਤਮ ਹੈਗੀ। ਜੇ ਤੁਸੀਂ ਆਹ ਜਿੰਨਾ ਚੋਲਾ ਹੈਗਾ ਇਹ ਜਿਹੜਾ ਬਾਣੀ ਦਾ ਹੈਗਾ, ਇਹ ਜਿਹੜੇ ਹੈਗੇ ਨੇ ਉੱਥੇ ਯੂਨੀਵਰਸਿਟੀ ਤੇ ਨਾ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਉਹ ਵੀ ਲਾਈਕ ਕਰਦੇ ਅੱਛੀ ਜਿਹੜੀ ਪਾਈ ਟੀ ਸ਼ਰਟ ਜਾਂ ਕੁੜੀ ਪਾਈ ਜੋ ਲਿਖਿਆ ਨਾ, ਕਹਿੰਦੇ ਉਹ ਇੱਕ ਸੈਮੀਨਾਰ ਤੇ ਗਿਆ ਸੀ ਮੈਂ, ਕ੍ਰਿਸਚਨ ਤੇ ਜੂ ਦਾ ਸੈਮੀਨਾਰ, ਤੇ ਮੈਂ ਬੈਠਾ ਉੱਥੇ ਤੇ ਉਹ ਆ ਗਈ ਜਿਹੜੀ ਜਨਾਨੀ ਸੀਗੀ ਜਿਹਨੇ ਔਰਗੇਨਾਈਜ਼ ਕੀਤਾ ਸੀ, ਉਹਨੇ ਦੇਖਿਆ ਮੈਨੂੰ ਬੈਠੇ ਨੂੰ ਤੇ ਆਹ ਪਾਈ ਹੁੱਡੀ ਤੇ ਮੈਨੂੰ ਬਣਾਉਂਦੀ ਖੰਮ ਖੰਮ, ਮੈਂ ਗਿਆ ਬਾਹਰ, ਕਹਿੰਦੀ ਇਹ ਸਟੂਡੈਂਟ ਡੋਂਟ ਲਾਈਕ ਦਿਸ, ਇਹ ਜਿਹੜਾ ਪਾਇਆ ਤੂੰ ਇਹ ਸਟੂਡੈਂਟ ਨਹੀਂ ਲਾਈਕ ਕਰਦੇ, ਇਹਨੂੰ ਉਤਾਰ ਦੇ ਤੂੰ। ਤੇ ਥੱਲੇ ਦੇਖਣ ਲੱਗੀ ਟੀ ਸ਼ਰਟ ਉਹਦੇ 'ਚ ਵੀ ਉਹੀ ਲਿਖਿਆ, ਮੈਂ ਕਿਹਾ ਇਹ ਤਾਂ ਮੇਰਾ ਹੈਗਾ ਲਾਈਟ ਔਨ ਦੀ ਲਿਵਿੰਗ ਲੈਂਪ ਸਟੈਂਡ, ਆਹ ਲੈਂਪ ਸਟੈਂਡ ਹੈਗਾ ਤੇ ਇਹ ਲਾਈਟ ਹੈਗੀ। ਨਹੀਂ ਨਹੀਂ ਨਹੀਂ, ਲਾਈਟ ਦਾ ਉਹਨੂੰ ਪਤਾ ਹੋਵੇ ਤਾਂ ਤਦੀ ਉਹਨੂੰ ਅਪਰੀਸ਼ੀਏਟ ਕਰੇ, ਉਹ ਤਾਂ ਕਿਤਾਬਾਂ ਪੜ੍ਹੀਆਂ ਉਹਨਾਂ ਨੇ, ਅੰਧ ਮਨ ਦੇ ਅੰਨੇ। ਤੇ ਉਹਨੇ ਮੈਨੂੰ ਕੱਢ ਦਿੱਤਾ ਵਿੱਚੋਂ ਉਹਦੇ 'ਚੋਂ ਸੈਮੀਨਾਰ ਵਿੱਚੋਂ, ਤੂੰ ਨਹੀਂ ਅਟੈਂਡ ਕਰ ਸਕਦਾ। ਇਸੇ ਤਰ੍ਹਾਂ ਹੀ ਹੋਣਾ ਕ੍ਰਿਸਚਨ ਮੁਸਲਿਮ ਸਟੱਡੀ ਹੈਗਾ ਉੱਥੇ ਗਰੁੱਪ, ਤੇ ਉਹਨਾਂ ਨੂੰ ਮੈਂ ਜਦੋਂ ਪੁੱਛਦਾ ਉਹਨਾਂ ਨਾਲ ਸਵਾਲ ਕ੍ਰਿਸਚੈਨਿਟੀ ਦੇ ਜਾਂ ਇਸਲਾਮ ਤੇ, ਉਹ ਵੀ ਨਹੀਂ ਪਸੰਦ ਕਰਦੇ,
ਉਹ ਵੀ ਹੁਣ ਕਹਿੰਦੇ ਵੀ ਜੇ ਤੁਸੀਂ ਸਾਡੇ ਸੈਮੀਨਾਰ ਵਿੱਚ ਆਉਣਾ ਤਾਂ ਉਹੀ ਸਵਾਲ ਕਰੀ ਜਿਹੜਾ ਕਿ ਅਸੀਂ ਜਿਹੜੀ ਬੋਲੀ ਅਸੀਂ ਬੋਲ ਰਹੇ ਉਹੀ ਬੋਲੀ ਬੋਲੀ ਤੂੰ ਆਪਣੀ ਬੋਲੀ ਨਹੀਂ ਬੋਲ ਸਕਦਾ ਅਤੇ ਦੋ ਤਿੰਨ ਵਾਰੀ ਉਹਨਾਂ ਨੇ ਸੈਮੀਨਾਰ ਸ਼ੁਰੂ ਕਰ ਦਿੱਤਾ ਜਿਹੜਾ ਵੈਬਿਨਾਰ ਅਤੇ ਜਦੋਂ ਉਹਨਾਂ ਨੇ ਕਿਹਾ ਵੀ ਕਿਉਂ ਕੱਢਿਆ ਕਹਿੰਦੇ ਤੂੰ ਬੋਲਦਾ ਨਹੀਂ ਹੋ ਅਸੀਂ ਬੋਲਦੇ ਹਾਂ ਇਸ ਕਰਕੇ ਕੱਢ ਦਿੱਤਾ ਅਤੇ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਹੋਣਾ ਚਾਹੀਦਾ ਸੈਲਫ ਕੋਨਫੀਡੈਂਸ ਫਿਰ ਤੁਸੀਂ ਆਪਣੇ ਬਾਣੀ ਸਿੱਖੋਗੇ ਤੁਸਾਂ ਨੇ ਸਿੱਧੇ ਰਾਹ ਜਾਣਾ ਹੈਗਾ ਬਾਣੀ 'ਚ ਬਾਈਬਲ 'ਚ ਲਿਖਿਆ ਵੀ ਜਾਂ ਤੁਸੀਂ ਕਹੋ ਯੈਸ ਜਾਂ ਕਹੋ ਨੋ ਵੇਵਰ ਨਹੀਂ ਕਰਨਾ ਬਿਟਵੀਨ ਅਤੇ ਇਹਨਾਂ ਨੂੰ ਪੁੱਛੋ ਤਾਂ ਵੀ ਆ ਜਿਹੜਾ ਚਰਚ ਆਫ ਇੰਗਲੈਂਡ ਇਹਦੇ ਜਦੋਂ ਸੋਲਜਰ ਇਹਨਾਂ ਦੇ ਬ੍ਰਿਟਿਸ਼ ਜਦੋਂ ਵਰਲਡ ਵਾਰ 1 ਅਤੇ ਵਰਲਡ ਵਾਰ 2 ਵਿੱਚ ਮਰੇ ਨੇ ਅਤੇ ਇਹਨਾਂ ਦੇ ਪ੍ਰੀਸਟ ਕਹਿੰਦੇ ਦੇ ਗਲੋਰੀਫਾਈ ਗੋਡ ਇਹਨਾਂ ਨੂੰ ਪੁੱਛੋ ਉਹ ਕਿੱਦਾਂ ਦਾ ਗੋਡ ਸੀ ਜਿਹੜਾ ਕਿ ਗਲੋਰੀਫਾਈ ਹੋਇਆ ਗਿਆ ਜਿਹਨੇ ਕਿ ਲੋਕਾਂ ਨੂੰ ਮਾਰਿਆ ਸੀ ਤਾਂ ਆਪ ਮਰਿਆ ਅਤੇ ਜਿਹੜੇ ਉਹਨੇ ਸੈਂਸੀਬਲ ਹੈਗੇ ਨਾ ਆਦਮੀ ਜਿਹੜੇ ਉਹ ਕਹਿੰਦੇ ਨਹੀਂ ਇਹ ਗਲਤ ਹੈਗਾ ਬਹੁਤ ਘੱਟ ਹੈਗੇ ਜਿਹੜੇ ਕਹਿੰਦੇ ਗਲਤ ਹੈਗਾ ਬਾਲੇ ਜਿਹੜੇ 90% ਕਹਿੰਦੇ ਠੀਕ ਹੈਗਾ ਨਹੀਂ ਕਿ ਉਹਨਾਂ ਨੂੰ ਸੁਰਤੀ ਨਹੀਂ ਹੈਗੀ ਇੱਥੇ ਦੇ ਲੋਕ ਜਿਹੜੇ ਹੈਗੇ ਨੇ ਇੰਗਲੈਂਡ ਵਗੈਰਾ ਜਾਂ ਵੈਸਟ ਦੇ ਲੋਕ ਹੈਗੇ ਨੇ ਇਹ ਦਿਲ ਦੇ ਸਾਫ਼ ਹੈਗੇ ਨੇ ਇਹ ਲਾਲਚੀ ਨਹੀਂ ਹੈਗੇ ਇਹਨਾਂ ਦੇ ਮਨ ਵਿੱਚ ਇਹਨਾਂ ਦੇ ਆਪਣੇ ਜਿਸਮ ਵਿੱਚ ਨਾ ਰੱਬ ਵਸਦਾ ਹੈਗਾ ਆਪਣੇ ਜਿਹੜੇ ਹੈਗੇ ਨੇ ਇਹ ਪ੍ਰਚਾਰ ਕਰਨਾ ਜੀ ਇਹਦਾ ਕੀ ਮਿਲੇਗਾ ਸਾਨੂੰ ਕਿੰਨਾ ਪ੍ਰੋਫਿਟ ਹੋਏਗਾ ਪੈਸੇ ਦੀ ਸੋਚਦੇ ਇਹ ਨਹੀਂ ਸੋਚਦੇ ਵੀ ਅਸੀਂ ਨਾਮ ਕਿਸ ਨੂੰ ਦੇਣਾ ਜਿੱਥੇ ਉਹ ਪੈਸਾ ਸੋਚਦੇ ਉੱਥੇ ਸ਼ੈਤਾਨ ਅੰਦਰ ਅਤੇ ਰੱਬ ਬਾਹਰ ਅੰਦਰ ਇਸੇ ਕਰਕੇ ਜੀਸਸ ਬਾਈਬਲ ਵਿੱਚ ਦੇਖਿਆ ਹੈਗਾ ਕਿ ਲਾਈਫ ਨੇ ਤਾਂ ਜਿਹੜੀ ਰੋਸ਼ਨਤਾ ਚਲੂਗੀ ਉੱਥੇ ਚਮਕੂਗੀ ਨਹੀਂ ਚਮਕੂਗੀ ਵੈਸਟ ਵਿੱਚ